ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ। ਅਸੀਂ ਤੁਹਾਨੂੰ ਦੱਸਾਂਗੇ ਅੱਜ ਅਸੀਂ ਆਲੂ ਬੁਖਾਰੇ ਦੀ ਅਤੇ ਇਮਲੀ ਦੀ ਅਸੀਂ ਚਟਨੀ ਉਹ ਸ਼ਰਬਤ ਬਣਾਉਣ ਲੱਗੇ ਹਾਂ। ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਬਣਾਉਣਾ। ਅਤੇ ਇੱਕ ਛੰਨੀ ਅਸੀਂ ਉਹ ਲੈ ਕੇ ਅਤੇ ਉਹਦੇ ਨਾਲ ਆਲੂ ਬੁਖਾਰਾ ਅਸੀਂ ਭੇਂਕ ਰੱਖ ਲਿਆ ਸੀ 5 ਤੋਂ 6 ਘੰਟੇ। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਗਲ ਗਿਆ ਬਿਲਕੁਲ। ਇਸੇ ਤਰ੍ਹਾਂ ਅਸੀਂ ਆਲੂ ਬੁਖਾਰੇ ਦੀਆਂ ਵੀ ਅਤੇ ਇਹਦੀਆਂ ਵੀ ਇਮਲੀ ਦੀਆਂ ਅਸੀਂ ਗਿੜਕਾਂ ਸਾਰੀਆਂ ਬਾਹਰ ਕੱਢ ਲਵਾਂਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਇਹਦਾ ਕੀ ਕਰਨਾ। ਆਲੂ ਬੁਖਾਰੇ ਦੀ ਇਮਲੀ ਦੀਆਂ ਗਿੜਕਾਂ ਬਿਲਕੁਲ ਬਾਹਰ ਕੱਢ ਲਈਆਂ ਨੇ, ਜੂਸ ਦੇਖੋ ਲੈਦਾ ਕਰ ਲਿਆ ਸੀ। ਇਹ ਦੇਖੋ ਅਸੀਂ ਛੰਨੀ 'ਚ ਪਾ ਲਈਆਂ ਨੇ ਅਤੇ ਇਹ ਗਿੜਕਾਂ ਤੁਹਾਨੂੰ ਦੱਸਾਂਗੇ ਕਿ ਜ਼ਾਇਆ ਨਹੀਂ ਕਰਨੀਆਂ। ਇਹਨਾਂ ਨਾਲ ਵੀ ਅਜੇ ਹੈਗਾ ਆ ਇਮਲੀ ਦਾ ਰਸ। ਇਹਦੇ 'ਚ ਅਸੀਂ ਪਾਵਾਂਗੇ ਥੋੜ੍ਹਾ ਜਿਹਾ ਪਾਣੀ, ਇਹਦੇ 'ਚੋਂ ਚੰਗੀ ਤਰ੍ਹਾਂ ਕੱਢ ਲਵਾਂਗੇ। ਇਹ ਦੇਖੋ ਗਿੜਕਾਂ ਜਿਹੜੀਆਂ ਨੇ ਇਹਨਾਂ ਨਾਲ ਵੀ ਅਜੇ ਸਾਡਾ ਜੂਸ ਹੈਗਾ, ਅਸੀਂ ਪਾਣੀ ਪਾ ਕੇ ਇਹਦੇ 'ਚ ਵੀ ਅਸੀਂ ਕੱਢ ਸਕਦੇ ਹਾਂ। ਵੇਖੋ ਅਸੀਂ ਜੱਗ 'ਚ ਪਾ ਲਾਂਗੇ ਜਿਹੜਾ ਜੂਸ ਕੱਢ ਕੇ ਰੱਖਿਆ ਆਲੂ ਬੁਖਾਰਾ ਦੇ ਮੇਲ ਦਾ, ਉਹਨੂੰ ਅਸੀਂ ਸਭ ਤੋਂ ਪਹਿਲੇ ਗ੍ਰੈਂਡ ਕਰਾਂਗੇ। ਆਲੂ ਬੁਖਾਰਾ ਦਾ ਤਿੰਗਲੀ ਦਾ ਅਸੀਂ ਜੂਸ ਕੱਢ ਕੇ ਰੱਖਿਆ, ਉਹਨੂੰ ਅਸੀਂ ਕੜਾਹੀ ਰੱਖ ਦਿੱਤੀ ਹੈ, ਗ੍ਰੈਂਡ ਕਰ ਲਿਆ ਅਸੀਂ ਉਹਨੂੰ ਜੱਗ 'ਚ ਪਾ ਕੇ ਅਤੇ ਕੜਾਹੀ 'ਚ ਪਾਵਾਂਗੇ। ਇਹਦੇ 'ਚ ਪਾਵਾਂਗੇ ਪਹਿਲੇ ਪਾਣੀ, ਇਹ ਜਾ ਕੇ ਜਿਹਦੇ 'ਚ ਅਸੀਂ ਜੂਸ ਬਣਾਇਆ ਚਾਹੇ ਜ਼ਾਇਆ ਨਹੀਂ ਕੀਤਾ, ਉਹਦੇ 'ਚ ਪਾਣੀ ਪਾ ਕੇ ਅਸੀਂ ਵਿੱਚ ਪਾ ਲਵਾਂਗੇ। ਦੇਖੋ ਜੂਸ ਸਾਡਾ ਮਾਸ਼ਾਅੱਲਾ ਸ਼ਰਬਤ ਸਾਡਾ ਬੜਾ ਸੋਹਣਾ ਹੈ, ਇਹਦੇ 'ਚ ਅਸੀਂ ਪਾਣੀ ਪਾਵਾਂਗੇ, ਸ਼ਰਬਤ ਨਾਲੋਂ ਡਬਲ ਅਸੀਂ ਇਹਦੇ 'ਚ ਪਾਣੀ ਪਾਵਾਂਗੇ। ਇਹਨਾਂ ਇਹਨੂੰ ਅਸੀਂ ਜਿੰਨਾ ਚਿਰ ਉਬਾਲ ਨਹੀਂ ਆ ਜਾਂਦਾ ਇਹਨੂੰ ਪੱਕ ਜਾਏ ਚੰਗੀ ਤਰ੍ਹਾਂ, ਉਨੇ ਚਿਰ ਅਸੀਂ ਇਹਨੂੰ ਛੱਡ ਦੇਵਾਂਗੇ ਇਸੇ ਤਰ੍ਹਾਂ। ਉਬਾਲ ਨਹੀਂ ਆਏਗਾ ਚੁੱਲ੍ਹੇ 'ਚ ਨਹੀਂ ਪਏਗਾ ਬਿਲਕੁਲ ਇਹ ਜੂਸ, ਬਸ ਉਬਲੇਗਾ ਜਦੋਂ ਤੱਕ ਪੱਕਦਾ ਅਤੇ ਫਿਰ ਤੁਹਾਨੂੰ ਦੱਸ ਰਿਹਾ ਕਿ ਬਾਕੀ ਚੀਜ਼ਾਂ ਖਾਸ ਖਾਸ ਇਹਦੇ 'ਚ ਕੀ ਪੈਂਦੀਆਂ ਨੇ। ਸ਼ਰਬਤ ਇਮਲੀ ਦਾ ਆਲੂ ਬੁਖਾਰਾ ਦਾ ਵੇਖੋ ਪੱਕਣ ਲੱਗ ਪਿਆ, ਜਿਹੜਾ ਪੱਕਣਾ ਸ਼ੁਰੂ ਹੁੰਦਾ ਅਤੇ ਇਹਦੇ ਵਿੱਚ ਅਸੀਂ ਚੀਨੀ ਪਾਵਾਂਗੇ, ਜਿੰਨੀ ਥੋੜ੍ਹੀ ਚੀਨੀ ਪਾਵੋਗੇ ਤਾਂ ਬਹੁਤ ਜ਼ਿਆਦਾ ਖੱਟਾ ਹੋਏਗਾ, ਤੁਹਾਨੂੰ ਫਿਰ ਸ਼ਰਬਤ ਬਹੁਤਾ ਪਾਉਣਾ ਪਏਗਾ, ਬਹੁਤੀ ਚੀਨੀ ਪਾਓਗੇ ਤਾਂ ਸ਼ਰਬਤ ਘੱਟ ਪਾਉਣਾ ਪਏਗਾ। ਅਸੀਂ 2 ਛੰਨੀਆਂ ਚੀਨੀ ਦੇ ਇਹਦੇ ਵਿੱਚ ਪਾ ਦੇਵਾਂਗੇ, ਇਹਦੇ 'ਚ ਅਸੀਂ ਕਾਲਾ ਨਮਕ ਪਾਵਾਂਗੇ 1/2 ਚਮਚ, ਉਹਦੇ ਨਾਲ ਇਹਦੀ ਖੁਸ਼ਬੂ ਮਜ਼ਾ ਬੜਾ ਅੱਛਾ ਹੋ ਜਾਏਗਾ। ਇਸ ਤੋਂ ਬਾਅਦ ਅਸੀਂ ਨਮਕ ਬਸ ਸਫੇਦ ਨਮਕ ਪਾਵਾਂਗੇ 1/2 ਚਮਚ, ਅਸੀਂ ਸਫੇਦ ਨਮਕ ਪਾ ਦਾਂਗੇ। ਇਹਨੂੰ ਅਸੀਂ ਇੰਨਾ ਕੁ ਪਕਾਉਣਾ ਚੰਗੀ ਤਰ੍ਹਾਂ ਸਾਡੀ ਚੀਨੀ ਵਿੱਚ ਮਿਕਸ ਹੋ ਜਾਏ, ਸ਼ਰਬਤ ਥੋੜ੍ਹਾ ਸੰਘਣਾ ਹੋ ਜਾਏ। ਸਾਡਾ ਸ਼ਰਬਤ ਬਿਲਕੁਲ ਬਣ ਕੇ ਤਿਆਰ ਹੋ ਗਿਆ, ਦੇਖੋ ਸੰਘਣਾ ਵੀ ਹੋ ਗਿਆ। ਇਹਨੂੰ ਬੋਤਲ 'ਚ ਪਾ ਕੇ ਤੁਸੀਂ 6 ਮਹੀਨੇ ਸਾਲ ਤੱਕ ਤੁਸੀਂ ਸੇਵ ਕਰ ਸਕਦੇ ਹੋ। ਠੰਡਾ ਹੁੰਦਾ ਮਾਸ਼ਾਅੱਲਾ, ਮੇਦੇ ਵਾਸਤੇ ਵੀ ਭੁੱਖ ਵੀ ਲੱਗੇਗੀ, ਇਹਦੇ ਨਾਲ ਬਹੁਤ ਅੱਛਾ ਆ ਪੀਣ ਦਿਆ ਕਿ ਖੱਟਾ ਮਿੱਠਾ। ਅਤੇ ਅਸੀਂ ਇਹ ਗਲਾਸ 'ਚ ਪਾਵਾਂਗੇ, ਤੁਹਾਨੂੰ ਦੱਸਾਂਗੇ ਵੇਖੋ ਇੰਨਾ ਕੁ ਤੁਸੀਂ ਪਾ ਸਕਦੇ ਹੋ। ਇਹ ਸ਼ਰਬਤ ਤੁਸੀਂ ਗਲਾਸ 'ਚ ਪਾ ਕੇ ਇਹਦੇ 'ਚ ਠੰਡਾ ਪਾਣੀ ਪਾ ਸਕਦੇ ਪਾਓ ਅਤੇ ਮਾਸ਼ਾਅੱਲਾ ਬੜਾ ਮਜ਼ੇਦਾਰ ਬਣਦਾ। ਠੰਡਾ ਪਾਣੀ ਪਾਵਾਂਗੇ ਇਹਦੇ 'ਚ ਅਤੇ ਮਾਸ਼ਾਅੱਲਾ ਬਹੁਤ ਠੰਡਾ ਮਜ਼ੇਦਾਰ ਸ਼ਰਬਤ ਬਣ ਗਿਆ। ਠੀਕ ਹੈ, ਵੇਖਣਾ ਬਣਾ ਕੇ ਵੇਖਣਾ ਚੈੱਕ ਕਰਕੇ, ਅੱਲਾ ਸਾਡੇ ਖਾਣੇ 'ਚ ਬਰਕਤ ਪਾਏ, ਰਿਜ਼ਕ ਵਿੱਚ ਬਰਕਤ ਪਾਏ, ਅੱਲਾ ਇਜ਼ਾਫਾ ਕਰੇ, ਅੱਲਾ ਤੁਹਾਨੂੰ ਵੀ ਖਾਣਾ ਨਸੀਬਾਂ 'ਚ ਕਰੇ। ਅਤੇ ਸਾਡੀ ਵੀਡੀਓ ਪਸੰਦ ਆਏ ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਬੈਲ 'ਤੇ ਹੱਥ ਮਾਰ ਦੇਣਾ। ਫਿਰ ਮਿਲਾਂਗੇ ਅਗਲੀ ਰਚਨਾ। ਅਸਲਾਮੁਅਲੈਕੁਮ।